ਸਰਕਾਰ ਮੇਰੇ ਬਣੀ ਹੋਈ ਹੈ, ਇਹ ਸਾਡੇ ਬਹੁਤ ਹੀ ਅਜ਼ੀਜ਼ ਸਾਡੇ ਭਰਾ ਭੁਪਿੰਦਰ ਸਿੰਘ ਥਿੰਦ ਨੇ ਬੰਨੀ ਹੈ। ਦੇਖੋ ਪੱਗਾਂ ਸਾਰੇ ਬੰਨਦੇ ਨੇ ਪੰਜਾਬ ਦੇ ਵਿੱਚ, ਮੈਂ ਵੀ ਬੰਨਦਾ ਬਚਪਨ ਤੋਂ ਬੰਨੀ ਦੀ ਆ ਪੱਗ, ਪਰ ਜਿਹੜੀ ਜਿਹੜਾ ਗੁਰ ਮੈਂ ਕਹਿੰਦਾ ਪਰਮਾਤਮਾ ਨੇ ਗੁਣ ਇਹਨਾਂ ਨੂੰ ਬਖਸ਼ਿਆ ਉਹ ਹਰ ਬੰਦੇ ਦੇ ਵਿੱਚ ਨਹੀਂ ਹੁੰਦਾ। ਸੋ ਆਮ ਲਵਿੰਗ ਦੇ ਸਟਾਈਲ, ਜਿਹੜੇ ਸਟਾਈਲ ਨਾਲ ਇਹਨਾਂ ਨੇ ਪੱਗ ਬੰਨੀ ਆ, ਅੱਜ ਮੈਂ ਵੀ ਫੋਟੋ ਸ਼ੂਟ ਕਰਾਉਣਾ। ਅਤੇ ਇਸ ਵੇਲੇ ਅਸੀਂ ਬਰਮਿੰਗਮ ਦੇ ਵਿੱਚ ਬੈਠੇ ਸੀ ਆਪਣੇ ਆਫਿਸ ਦੇ ਵਿੱਚ, ਅਤੇ ਮੈਂ ਕਿਹਾ ਵੀ ਭਾਈ ਸਾਹਿਬ ਤੁਸੀਂ ਜਿਹੜੀ ਪੱਗ ਬੰਨੀ ਆ ਇਹਦੀ ਤਾਰੀਫ ਤਾਂ ਕਰਨੀ ਆ ਹੁਣ, ਚਾਹੇ ਵੀਡੀਓ ਦੇ ਜ਼ਰੀਏ ਕਰੀਏ ਅਸੀਂ, ਚਾਹੇ ਲਿਖ ਕੇ ਕਰੀਏ। ਅਤੇ ਸਾਡਾ ਵੀਰ ਭੁਪਿੰਦਰ ਸਿੰਘ ਥਿੰਦ ਇੱਥੇ ਇੰਗਲੈਂਡ ਦੇ ਵਿੱਚ ਵੀ ਬੜੀਆਂ ਧੁੰਮਾਂ ਪਾ ਰਹੇ ਨੇ, ਇਹਨਾਂ ਨੇ ਇੱਥੇ ਜਿਹੜੇ ਦਸਤਾਰ ਦੇ ਇੱਕ ਮੁਕਾਬਲੇ ਕਰਾ ਰਹੇ ਨੇ ਉਹਦੀ ਪੂਰੇ ਮੀਡੀਆ ਦੇ ਵਿੱਚ ਕਾਫੀ ਚਰਚਾ, ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਜਿਹੜੇ ਬੱਚਿਆਂ ਨੂੰ ਦਸਤਾਰਾਂ ਜਿਹੜੇ ਬੱਚੇ ਸਜਾਉਂਦੇ ਨੇ ਪੱਗ ਬੰਨਦੇ ਨੇ ਉਹਨਾਂ ਦੀ ਜੱਜਮੈਂਟ ਵੀ ਕਰ ਰਹੇ ਨੇ ਅਤੇ ਉਹਦੇ ਨਾਲ ਨਾਲ ਪ੍ਰੇਰਣਾ ਵੀ ਦੇ ਰਹੇ ਨੇ। ਅਤੇ ਮੈਂ ਬਾਕੀ ਵੀ ਬੇਨਤੀ ਕਰੂੰਗਾ ਵੀ ਜਿਹੜੀਆਂ ਸਾਡੀਆਂ ਚਾਹੇ ਸੰਸਥਾਵਾਂ ਨੇ, ਚਾਹੇ ਸਾਡੇ ਹੋਰ ਲੋਕ ਨੇ, ਜਾਂ ਕੋਈ ਵੀ ਜਿਹੜੇ ਪੰਜਾਬੀਅਤ ਨੂੰ ਜਾਂ ਸਿੱਖੀਜ਼ਮ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ, ਜਾਂ ਸਾਡੇ ਸੱਭਿਆਚਾਰ ਦੇ ਅਕੀਦੇ ਦੇ ਧਰਮ ਦੇ ਮਤਲਬ ਦਸਤਾਰ ਦੀ ਵੈਲਿਊ ਹੈ ਜਿਹੜੀ, ਇਹ ਇਕੱਲੀ ਧਾਰਮਿਕ ਨਹੀਂ ਹੈ, ਕਲਚਰਲ ਵੀ ਹੈਗੀ ਆ। ਕਿਉਂਕਿ ਜਿਹੜੇ ਮੁਸਲਮਾਨ ਭਰਾ ਨੇ ਸਾਡੇ ਉਹ ਵੀ ਦਸਤਾਰ ਸਜਾਉਂਦੇ ਨੇ, ਜਿਹੜੇ ਹਿੰਦੂ ਵੀਰ ਨੇ ਉਹ ਵੀ ਪੱਗਾਂ ਬੰਨਦੇ ਨੇ ਜਦੋਂ ਵਿਆਹ ਸ਼ਾਦੀ ਹੁੰਦੀ ਹੈ, ਚਾਹੇ ਜਨਮ 'ਤੇ ਗੱਲ ਹੋਵੇ, ਚਾਹੇ ਮਰਗ ਦੀ ਗੱਲ ਹੋਵੇ, ਚਾਹੇ ਵਿਆਹ ਸ਼ਾਦੀਆਂ ਹੋਣ। ਸੋ ਦਸਤਾਰ ਬੜੀ ਇੰਪੋਰਟੈਂਟ ਹੈ ਪੱਗ। ਸੋ ਬਾਕੀ ਮੈਂ ਪੱਗ 'ਤੇ ਲੈਕਚਰ ਨਹੀਂ ਦਿੰਦਾ ਹੈਗਾ, ਤੁਸੀਂ ਦੱਸ ਦਿਉ ਵੀ ਮੇਰੀ ਪੱਗ ਮਤਲਬ ਕਿੱਦਾਂ ਦੀ ਲੱਗ ਰਹੀ ਹੈ। ਪਹਿਲਾਂ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿਉਂਕਿ ਜਦੋਂ ਤੁਸੀਂ ਸਟਾਈਲ ਚੇਂਜ ਕਰਦੇ ਹੋ ਥੋੜ੍ਹਾ ਡਿਫਰੈਂਟ ਜਿਹਾ ਲੱਗਦਾ, ਬਟ ਨਾਓ ਆਈ ਐਮ ਲਵਿੰਗ ਦਿਸ। ਅਤੇ ਬਾਕੀ ਮੈਂ ਭੁਪਿੰਦਰ ਸਿੰਘ ਥਿੰਦ ਨੂੰ ਇਹਨਾਂ ਦੇ ਕੰਮ ਕਰ ਲਈ ਮੁਬਾਰਕਬਾਦ ਦਿੰਦਾ, ਅਤੇ ਉਮੀਦ ਕਰਦਾ ਕਿ ਵਾਹਿਗੁਰੂ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਹੋਰ ਤਰੱਕੀਆਂ ਬਖਸ਼ੇ, ਅਤੇ ਸਾਡਾ ਭਰਾ ਇੱਦਾਂ ਹੀ ਜਿਹੜੀ ਸੇਵਾ ਵੀ ਕਰਦਾ ਰਹੇ ਅਤੇ ਸੇਵਾ ਦੇ ਨਾਲ ਨਾਲ ਪ੍ਰੋਫੈਸ਼ਨਲ ਤੌਰ 'ਤੇ ਵੀ ਅੱਗੇ ਵਧੇ। ਇਹਦੀ ਜਿਹੜੀ ਅਕੈਡਮੀ ਹੈ ਇਹਨਾਂ ਦੀ ਉਹ ਹੋਰ ਇੰਟਰਨੈਸ਼ਨਲ ਪੱਧਰ 'ਤੇ ਜਾਵੇ, ਅਤੇ ਭੁਪਿੰਦਰ ਸਿੰਘ ਥਿੰਦ ਦਾ ਜਿਹੜਾ ਨਾਂ ਹੈ ਇਹ ਹਰ ਦੁਨੀਆ ਦੇ ਕੋਨੇ ਤੱਕ ਪਹੁੰਚੇ। ਅਤੇ ਬਾਕੀ ਭਾਈ ਸਾਹਿਬ ਪਿੱਛੇ ਬੈਠੇ ਨੇ, ਤੁਸੀਂ ਵੀ ਆਪਣਾ ਕੋਈ ਵਿਚਾਰ ਪੇਸ਼ ਕਰ ਸਕਦੇ ਹੋ ਜੇ ਤੁਹਾਡਾ ਮਨ ਕਰਦਾ। ਥੈਂਕ ਯੂ ਸੋ ਮੱਚ ਫੋਰ ਦਿਸ ਪ੍ਰੀਸ਼ੀਅਸ ਗਿਫਟ, ਦਸਤਾਰ ਬੰਨਣੀ ਸਿਰ ਦੇ ਉੱਤੇ ਸਜਾਉਣੀ ਦੂਜਿਆਂ ਦੇ ਉੱਤੇ, ਜਿਹੜਾ ਇਹ ਕੰਮ ਕਰ ਰਹੇ ਨੇ ਬਹੁਤ ਵਧੀਆ। ਐਂਡ ਥੈਂਕ ਯੂ ਸੋ ਮੱਚ ਭਾਈ ਸਾਹਿਬ, ਥੈਂਕ ਯੂ ਸੋ ਮੱਚ। ਚੇਅਰਸ।